ਫਿਰ ਐਵੇਂ ਤਾਂ ਹਾਂ ਮਰੀ ਜਾਣੀਆਂ ਹੋਏ ਮੈਨੂੰ ਮੂੰਹ ਵਿਖਾ ਦੇ ਤਾ ਬਈ ਹੁਣ ਦੱਸ ਤੂੰ ਕੀ ਨਾਰੀਅਲ ਲੈ ਕੇ ਇਹਦੇ ਹੱਥੇ ਬਈ ਮੌਤ ਹੋ ਗਈ ਗੱਲ ਨੇ ਬੜੀ ਸਹੀ ਗੱਲ ਮਰੇ ਤੋਂ ਬਾਅਦ ਬੜੇ ਪਖੰਡ ਕਰ ਗਏ ਬਾਲੇ ਐਵੇਂ ਉਹਨੂੰ ਹੱਥ ਪਾ ਕੇ ਕੰਧ ਨੂੰ ਰੋਣਾ ਉਹ ਲੱਛਣ ਉਹ ਕਰਦਾ ਹੁੰਦਾ ਜਿਹਨੇ ਡੱਕਾ ਹੀ ਨਹੀਂ ਕਿਤੇ ਪਾਣੀ ਦਾ ਗਲਾ ਪਿਆ ਹੁੰਦਾ ਫਿਰ ਐਵੇਂ ਵੜਿਆਈਆਂ ਮਰੀ ਜਾਣਗੇ ਬੰਦੇ ਖੜਿਆਂ 'ਚ ਬਈ ਇਹਨੂੰ ਆਏ ਆ ਵੀ ਫਿਰ ਉਹਦੇ ਬਾਈ 5 ਰੁਪਏ ਦੀ ਜੇਬ 'ਚ ਪਾ ਦੇ ਵੀ ਪੰਜਾਂ ਨਾਲ ਹੁਣ ਦੱਸ ਇਹ ਕੀ ਪਲਾਟ ਦਾ ਸੌਦਾ ਕਰ ਲੂਗਾ ਉੱਥੇ ਜਾ ਕੇ ਹੁਣ ਮਰ ਗਿਆ ਤੁਸੀਂ ਜੇ 5-5 ਦਿੰਦੇ ਹੁੰਦੇ ਮਰਦੇ ਨਹੀਂ ਸੀ ਇਹ ਠੀਕ ਹੈ ਨਾ ਉਦੋਂ ਆਖਣਗੇ 5 ਰੁਪਏ ਪਾ ਦੀ ਇਹਦੇ ਜੇਬ 'ਚ ਖਾਲੀ ਨਹੀਂ ਜਾਂਦਾ ਖਾਲੀ ਦੱਸ ਫਿਰ ਕਿ ਆਟੋ ਕਰਾਊਗਾ ਹੁਣ ਉੱਥੇ ਤੁਹਾਡੇ ਪਤਾ ਕਿਹਾ ਗੱਲ ਨਿਬੜੀ ਫਿਰ ਡਫੂਕ ਵਾਲੇ ਕਰਨੇ ਡਫੂਕ ਵਾਲੇ ਕਰਦੇ ਹਾਂ ਫਿਰ ਮੂੰਹ 'ਚ ਦੇਸੀ ਘਿਓ ਪਾਈ ਜਾਣਾ ਫੁੱਲਾਂ 'ਚ ਉਹ ਹੱਥ ਮਾਰਨਗੇ ਫਿਰ ਦਵਾ ਦਾ ਸਾਬਣ ਨਾ ਧੋਂਦੇ ਆ ਵੀ ਉਹਦੇ ਨਾਲ ਤੇ ਪੈਗ ਲਾਉਂਦੇ ਰਹੇ ਹੁਣ ਇੱਕ ਦਿਨ ਪਹਿਲਾਂ ਇਹ ਸਾਡੇ ਲੋਕਾਂ 'ਚ ਬਹੁਤ ਗੰਦਾ ਹੈ ਸਹੀ ਹੈ ਸਹੀ ਹੈ ਸਹੀ ਤੁਸੀਂ ਦੇਖ ਲਓ ਰਾਮਬਾਗ ਜਾਂਦੇ ਉਹ ਚੂੜੀਆਂ ਧੋ ਕੇ ਮੂੰਹ ਧੋ ਕੇ ਉੱਤੋਂ ਛਿੱਟੇ ਜੇ ਮਾਰਦੇ ਉਹਦੇ ਨਾਲ ਕੀ ਹੋ ਜਾਂਦਾ ਮਹਾਵੀ ਵੀ ਇੱਥੇ ਰਹਿ ਪਏ ਉਹੀ ਬੰਦਾ ਮਿੱਟੀ ਹੋ ਗਿਆ ਕਿੱਡੀ ਗੱਲ